ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ। ਅੱਜ ਦੀ ਖਾਸ ਪੇਸ਼ਕਸ਼ ਆਪਣਾ ਪੰਜਾਬ ਮੀਡੀਆ ਦੇ ਦਰਸ਼ਕਾਂ ਅਤੇ ਸਮਰਥਕਾਂ ਲਈ। ਜਿਵੇਂ ਕਿ ਆਪਣਾ ਪੰਜਾਬ ਅਖਬਾਰ ਦੀ ਲਗਭਗ 20 ਸਾਲਾਂ ਦੀ ਸਫਲਤਾ ਤੋਂ ਬਾਅਦ ਆਪਣਾ ਪੰਜਾਬ ਮੀਡੀਆ ਟੀਵੀ ਜਨਵਰੀ ਵਿੱਚ ਲਾਂਚ ਹੋਇਆ ਹੈ। ਇਸ ਇੱਕ ਮਹੀਨੇ ਵਿੱਚ ਆਪਣਾ ਪੰਜਾਬ ਮੀਡੀਆ ਟੀਵੀ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਸਮਾਜ ਸੇਵੀ, ਧਾਰਮਿਕ ਪ੍ਰਚਾਰਕ ਅਤੇ ਪੰਜਾਬ ਲਈ ਅਗਾਂਹ ਵਧੂ ਸੋਚ ਰੱਖਣ ਵਾਲੇ ਆਪਣਾ ਪੰਜਾਬ ਮੀਡੀਆ ਟੀਵੀ ਦੇ ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਆਪਣਾ ਪੰਜਾਬ ਮੀਡੀਆ ਨੂੰ ਮੌਕਾ ਮਿਲਿਆ ਪੰਜਾਬ ਵਿੱਚ ਕਰਵਾਏ ਜਾ ਰਹੇ ਗੁਰਮਤ ਸਮਾਗਮਾਂ ਦੀ ਕਵਰੇਜ ਕਰਨ ਦਾ, ਜਿਸ ਵਿੱਚ ਆਪਣਾ ਪੰਜਾਬ ਮੀਡੀਆ ਰੂਬਰੂ ਹੋਏ ਕੁਝ ਮਹਾਨ ਸ਼ਖਸੀਅਤਾਂ ਨਾਲ। ਇਸ ਮੌਕੇ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਦਮਦਮਾ ਸਾਹਿਬ ਜੀ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸੁਲਤਾਨ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅਲੱਗ ਅਲੱਗ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਤੌਰ 'ਤੇ ਆਪਣਾ ਪੰਜਾਬ ਮੀਡੀਆ ਗਰੁੱਪ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਹੋਰ ਕੀ ਕਿਹਾ, ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ। ਗੁਰਮਤਿ ਸਮਾਗਮਾਂ ਦੀ ਬੜੀ ਵੱਡੀ ਜ਼ਰੂਰਤ ਹੈ, ਕਿਉਂਕਿ ਗੁਰਮਤਿ ਸਮਾਗਮਾਂ ਦੇ ਰਾਹੀਂ ਸੰਗਤ ਅਤੇ ਖਾਸ ਤੌਰ 'ਤੇ ਨੌਜਵਾਨਾਂ ਦੇ ਅੰਦਰ ਚੇਤਨਾ ਪੈਦਾ ਹੁੰਦੀ ਹੈ, ਧਰਮ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ। ਮੈਂ ਇਸ ਗੱਲੋਂ ਗਿਆਨੀ ਮੋਹਨ ਸਿੰਘ ਜੀ, ਜੋ ਗੁਰੂ ਘਰ ਦੇ ਪੰਥ ਦੇ ਢਾਡੀ ਜੱਥੇ ਢਾਡੀ ਨੇ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅਕਾਲ ਪੁਰਖ ਦੀ ਕਿਰਪਾ ਸਦਕਾ ਆਪਣੇ ਨਿਵਾਸ ਦੇ ਉੱਤੇ ਇੱਕ ਛੋਟਾ ਜਿਹਾ ਗੁਰਮਤਿ ਸਮਾਗਮ ਕਰਵਾਇਆ, ਜਿਹਦੇ ਵਿੱਚ ਸੰਗਤਾਂ ਨੂੰ ਨਾਮ ਬਾਣੀ ਨਾਲ ਗੁਰੂ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਗਿਆ, ਔਰ ਇਹੋ ਜਿਹੇ ਉਪਰਾਲਿਆਂ ਦੀ ਬਹੁਤ ਵੱਡੀ ਜ਼ਰੂਰਤ ਹੈ। ਦੂਸਰਾ, ਮੈਂ ਜੋ ਇਹ ਚੈਨਲ ਤੁਹਾਡਾ ਹੈਗਾ ਆਪਣਾ ਪੰਜਾਬ USA ਦੀ ਧਰਤੀ ਤੋਂ ਸ਼ੁਰੂ ਹੋਇਆ, ਮੈਂ ਇਹਦੀ ਬਹੁਤ ਬਹੁਤ ਸ਼ੁਭਕਾਮਨਾ ਵਧਾਈ ਦਿੰਦਾ। ਧੰਨਵਾਦ ਸਰ, ਤੁਹਾਡਾ ਬਹੁਤ ਬਹੁਤ ਗੱਲਬਾਤ ਕਰਨ ਦੇ ਲਈ। ਦੇਸ਼ਾਂ ਪ੍ਰਦੇਸ਼ਾਂ ਵਿੱਚ ਹੋ ਰਹੇ ਨੇ ਗੁਰਮਤਿ ਸਮਾਗਮ, ਹਰ ਇੱਕ ਕੌਮ ਦੇ ਪ੍ਰਚਾਰ ਵਾਸਤੇ, ਕੋਈ ਵੀ ਕੌਮ ਆਪੋ ਆਪਣੇ ਧਰਮ ਦਾ ਪ੍ਰਚਾਰ ਕਰਦੀ ਹੈ, ਉਹਦੇ ਵਾਸਤੇ ਜਿਹੜੀ ਪ੍ਰਚਾਰਕ ਸ਼੍ਰੇਣੀ ਹੈ, ਪ੍ਰਚਾਰਕ ਸ਼੍ਰੇਣੀ ਜੋ ਪ੍ਰਚਾਰ ਕਰਦੀ ਹੈ, ਗੁਰਮਤਿ ਸਮਾਗਮ ਕਰਵਾਉਂਦੀ ਹੈ, ਉਹਦੇ ਵਿੱਚ ਨਿਸ਼ਚੇ ਹੀ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਿੱਚ ਬਹੁਤ ਵੱਡਾ ਇੱਕ ਵਾਧਾ ਹੁੰਦਾ, ਔਰ ਸਮੁੱਚੇ ਸੰਸਾਰ ਵਿੱਚ ਬਹੁਤ ਸਾਰੇ ਐਸੇ TV ਚੈਨਲ ਨੇ, ਵੈਬ ਚੈਨਲ ਨੇ, ਜਾਂ ਕੋਈ ਹੋਰ ਜਿਹੜੇ ਮਾਧਿਅਮ ਨੇ, ਉਹਨਾਂ ਦੇ ਨਾਲ ਵੀ ਜਿਹੜਾ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੈ ਉਹ ਬਹੁਤ ਜ਼ਿਆਦਾ ਕੀਤਾ ਜਾ ਰਿਹਾ। ਜਿਵੇਂ ਪਤਾ ਲੱਗਾ ਇੱਥੇ ਆ ਕੇ ਕਿ ਆਪਣਾ ਪੰਜਾਬ ਨਿਊਜ਼ ਚੈਨਲ ਔਰ ਆਪਣਾ ਪੰਜਾਬ ਨਿਊਜ਼ ਪੇਪਰ, ਉਹ ਅਮਰੀਕਾ ਨਿਊਯਾਰਕ ਧਰਤੀ ਤੋਂ ਜਿਹੜਾ ਆਰੰਭ ਹੋਇਆ, ਇਹ ਬੜੀ ਚੰਗੀ ਗੱਲ ਹੈ ਕਿ ਸਾਨੂੰ ਵੀ ਸਾਡੇ ਸਿੱਖਾਂ ਦਾ ਇੱਕ ਆਪਣਾ ਚੈਨਲ, ਸਾਡੇ ਸਿੱਖਾਂ ਦਾ ਨਿਊਜ਼ ਪੇਪਰ ਜਿਹੜਾ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ, ਪੰਜਾਬ ਦੀਆਂ ਪੰਥ ਦੀਆਂ ਖਬਰਾਂ ਵਾਸਤੇ ਜੋ ਲੋੜੀਂਦਾ ਸੀ, ਸਮੇਂ ਦੇ ਹਾਣੀ ਬਣਦਿਆਂ ਹੋਇਆ ਇਸ ਤਕਨੀਕੀ ਯੁੱਗ ਵਿੱਚ ਜੋ ਸ਼ੁਰੂ ਕੀਤਾ ਗਿਆ, ਇਹ ਬਹੁਤ ਵਧਾਈ ਵਾਲਾ ਕਾਰਜ ਹੈ, ਬਹੁਤ ਚੰਗੀ ਗੱਲ ਹੈ। ਸਪੁੱਤਰ ਬਣ ਜਾਈਏ, ਸਾਰੀ ਗੁਰਬਾਣੀ ਸਾਨੂੰ ਪੁੱਤਰਾਂ ਤੋਂ ਸਪੁੱਤਰ ਬਣਾਉਂਦੀ ਹੈ, ਅਤੇ ਅਸੀਂ ਗੁਰੂ ਦੀ ਬਾਣੀ ਨਾਲ ਜੁੜਾਂਗੇ, ਬਾਣਾ ਪ੍ਰਾਪਤ ਕਰਾਂਗੇ, ਅਤੇ ਸਾਡੇ ਮਨਾਏ ਹੋਏ ਜਿਹੜੇ ਗੁਰਮਤਿ ਸਮਾਗਮ ਨੇ ਸੰਪੂਰਨ ਹੋਣਗੇ। ਬਹੁਤ ਹੀ ਸ਼ਲਾਘਾਯੋਗ ਕੰਮ ਜਿਹੜਾ ਹੈ ਭਾਈ ਮੋਹਨ ਸਿੰਘ ਬਡਾਨਾ ਨੇ ਕੀਤਾ ਹੈ, ਉਹਦੇ ਉੱਤੇ ਸੋਨੇ ਅਤੇ ਸੁਹਾਗੇ ਵਾਲੀ ਗੱਲ ਭਾਈ ਗੁਰਮੀਤ ਸਿੰਘ ਜੀ ਆਪਣਾ ਪੰਜਾਬ ਵਾਲੇ ਜਿਹੜੇ ਨੇ ਉਹਨਾਂ ਨੇ ਕੀਤੀ, ਜਿਹੜੇ ਅਮਰੀਕਾ ਵਿੱਚ ਵੀ ਨਿਊਯਾਰਕ ਦੇ ਇਲਾਕੇ ਦੇ ਵਿੱਚ ਪ੍ਰਚਾਰ ਪ੍ਰਸਾਰ ਕਰ ਰਹੇ ਨੇ, ਅਤੇ ਇੱਥੇ ਵੀ ਉਹਨਾਂ ਨੇ ਜਿਹੜਾ ਕਾਰਜ ਕੀਤਾ ਸ਼ਲਾਘਾਯੋਗ ਹੈ, ਵਧਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਰਿਪੋਰਟ ਵਿੱਚ ਬਸ ਇੰਨਾ ਹੀ, ਅਤੇ ਬਣੇ ਰਹੋ ਆਪਣਾ ਪੰਜਾਬ ਮੀਡੀਆ TV ਨਿਊਯਾਰਕ ਦੇ ਨਾਲ।